ਹੋਣਾ ਵੇਖੋ ਮਾਸ਼ਾਅੱਲਾ ਜਿੱਦਣ ਆਇਆ ਸੀ ਤੁਸੀਂ ਉਦਣ ਵੀ ਵੇਖਿਆ ਸੀ ਤੇ ਜਿੱਦਣ ਹੁਣ ਵਾ ਤੇ ਜਨਾਬ ਅੱਜ ਜ਼ਬੈਰ ਨੇ ਫੜ ਲਿਆ ਫੜ ਲਾ ਜੇ ਮੈਨੂੰ ਫੜ ਲਾ ਬੱਚੇ ਨੇ ਕਾਬੂ ਵੀ ਗਲੇ ਤੋਂ ਹੀ ਆ ਗਿਆ ਹੋਕਾ ਲੋ ਜੀ ਬੱਚਾ ਵੀ ਛੋਟਾ ਜਿਹਾ ਸੀ ਇਸ ਕਰਕੇ ਟੋਇਆ ਵੀ ਛੋਟਾ ਜਿਹਾ ਭਾਤ ਨਹੀਂ ਪਾਦੇ ਮਿੱਟੀ ਆਰਾਮ ਨਾਲ ਤੇ ਲੋ ਜੀ ਦੋਸਤਾਂ ਨੇ ਕਿਹਾ ਸੀ ਅਰਸਲਾਨ ਭਾਈ ਇਹਨਾਂ ਨੂੰ ਡੇਲੀ ਚੈੱਕ ਕਰਿਆ ਕਰੋ ਤੇ ਮੈਂ ਕਿਹਾ ਡੇਲੀ ਚੈੱਕ ਕਰਦੇ ਆ ਇਹ ਹੁਣ ਪਤਾ ਨਹੀਂ ਪੱਠਾ ਕਿ ਪੱਠੀ ਆ ਇਹਨੇ ਵੀ ਘੋਂਸਲਾ ਬਣਾ ਲਿਆ ਹੋਇਆ ਵਾ ਤੇ ਲੱਕੇ ਨੇ ਮਾਸ਼ਾਅੱਲਾ ਬੱਚਾ ਕੱਢਿਆ ਤੁਹਾਨੂੰ ਦੱਸਿਆ ਸੀਗਾ ਵੀਡੀਓ ਦੇ ਵਿੱਚ ਪਿਛਲੀ ਦੇ ਵਿੱਚ ਵੀ ਤੇ ਇਹਨਾਂ ਨੂੰ ਮੈਂ ਦੇਖਣ ਲੱਗਾ ਜੀ ਮੈਂ ਸ਼ਾਇਦ ਇਹਨੇ ਬੱਚੇ ਬੁੱਚੇ ਕੱਢੇ ਦਿੱਤੇ ਛਾਪਰ ਛੂਪਰ ਲਾਈਏ ਯਾਰ ਹੁਣ ਤੇ ਮਗਰ ਇਹਨਾਂ ਨੇ ਹਲੇ ਆਂਡੇ ਦਿੱਤੇ ਹਲੇ ਬੱਚੇ ਨਹੀਂ ਕੱਢੇ ਇਹਨਾਂ ਨੇ ਖਰਗੋਸ਼ ਆਇਆ ਸੀ ਬਾਹਰ ਤੁਹਾਨੂੰ ਮੈਨੂੰ ਵੇਖ ਕੇ ਅੰਦਰ ਨੱਸ ਗਿਆ ਤੇ ਇਹਦੇ ਵਾਸਤੇ ਇੱਕ ਦੋਸਤ ਨੇ ਕਮੈਂਟ ਕੀਤਾ ਸੀ ਯਾਰ ਇਹਦੇ ਇੱਥੇ ਕੋਈ ਚੀਜ਼ ਲਾ ਦਿਓ ਬੱਚੇ ਨੀਚੇ ਨਾ ਗਿਰ ਜਾਣ ਤੇ ਬਿਲਕੁਲ ਜਨਾਬ ਅਸੀਂ ਹੁਣ ਉਹੀ ਕੰਮ ਕਰਨ ਲੱਗੇ ਹਾਂ ਪਹਿਲੇ ਇਹਨੂੰ ਕਿਤੇ ਬਾਸਕਟ ਵਗੈਰਾ 'ਚ ਪਾ ਕੇ ਰੱਖਦੇ ਹਾਂ ਤਾਂ ਕਿ ਬੱਚੇ ਗਿਰ ਨਾ ਜਾਣ ਇਸ ਤਰ੍ਹਾਂ ਦੀ ਕਿਸੇ ਬਾਸਕਟ ਦੇ ਵਿੱਚ ਨਾ ਇੱਥੇ ਬਾਸਕਟ ਰੱਖਦੇ ਹਾਂ ਕਦੀ ਇਹਦੇ ਵਿੱਚ ਬੱਚੇ ਰੱਖਦੇ ਹਾਂ ਅਸਲਾਮ ਅਲੈਕਮ ਤੇ ਕੀ ਹਾਲ ਸਾਰੇ ਵੀਰਾਂ ਦਾ ਠੀਕ ਠਾਕ ਹੋ ਵਲੌਗ ਦਾ ਕਰਦੇ ਆ ਜਨਾਬ ਆਗਾਜ਼ ਵੀਡੀਓ ਨੂੰ ਵੇਖੋ ਐਂਡ ਤੱਕ ਵੀਡੀਓ ਅੱਛੀ ਲੱਗੀ ਤੇ ਮੈਨੂੰ ਪਤਾ ਤੁਸੀਂ ਲਾਈਕ ਕਰ ਦਿੰਦੇ ਹੋ ਜੇ ਨਾ ਵੀ ਲੱਗੇ ਤੁਸੀਂ ਫਿਰ ਵੀ ਲਾਈਕ ਕਰ ਦਿੰਦੇ ਹੋ ਤੁਸੀਂ ਇੰਨੀ ਮੁਹੱਬਤ ਕਰਦੇ ਹੋ ਜਮਾਲ ਤੇ ਮੈਂ ਕਿਹਾ ਇੱਕ ਨਜ਼ਰ ਸਾਰੇ ਪਿੰਡਿਆਂ ਨੂੰ ਮਾਰ ਲਈਏ ਤਾਂ ਕਿ ਦੋਸਤ ਵੀਰ ਕਹਿੰਦੇ ਸੀ ਕਿ ਪਲਾਨ ਵੀ ਬੱਚੇ ਵਾਲੇ ਬੱਚੇ ਮੈਂ ਕਮੈਂਟ ਪੜ੍ਹੇ ਕਿ ਜਿਨ੍ਹਾਂ ਨੇ ਬੱਚੇ ਦੀ ਇਹਨਾਂ ਕੋ ਡੇਲੀ ਚੈੱਕ ਕੀਆ ਕਰਿਆ ਤੇ ਆਪਾਂ ਇਨਸ਼ਾਅੱਲਾ ਡੇਲੀ ਨਾਲ ਰੂਟੀਨ ਤੁਹਾਨੂੰ ਵਿਖਾਦੇ ਕਰਾਂਗੇ ਤੇ ਨਾਲੇ ਜਨਾਬ ਆਪ ਚਾਤੀ ਮਾਰ ਲਿਆ ਕਰਾਂਗੇ ਹੁਣ ਮੈਂ ਘਰੋਂ ਆਇਆ ਸੀ ਸਵੇਰ ਦਾ ਤੇ ਮੈਂ ਕਿਹਾ ਚਲੋ ਹੁਣ ਚੈੱਕ ਕਰੀਏ ਬੱਚਿਆਂ ਨੂੰ ਸਭ ਤੋਂ ਪਹਿਲੇ ਲੱਕੇ ਨੂੰ ਦੇਖਦੇ ਆ ਇਹਦੇ ਵਾਸਤੇ ਤੇ ਪਹਿਲੇ ਥੀਏਟਰ ਰੱਖਣੀ ਪੈਣੀ ਆ ਜੀ ਠੀਕ ਆ ਅਈ ਸ਼ਾਬਾਸ਼ ਓਏ ਆ ਕੀ ਬੱਚਾ ਇਹਦਾ ਵੀ ਲੱਗਦਾ ਮੈਨੂੰ ਲੱਗਦਾ ਆਫੜਿਆ ਪਿਆ ਜਿਹਦਾ ਮਾਰੀ ਨਾ ਦੰਦੀ ਨੰਦੀ ਨਾ ਓਏ ਹੋਏ ਹੋਏ ਓਹੋ ਇਹ ਪਹਿਲੇ ਦਾ ਹੀ ਆ ਫਿਰ ਇਹ ਉਹ ਬੱਚਾ ਨਹੀਂ ਆ ਮੇਰੇ ਖਿਆਲ ਬੱਚਾ ਉਹਦੇ ਥੱਲੇ ਹੈਗਾ ਮੈਨੂੰ ਨਜ਼ਰ ਆਇਆ ਹੁਣ ਜਦੋਂ ਥੋੜੀ ਤਾਂ ਨੂੰ ਹੋਈ ਨਾ ਜਮਾ ਨਾ ਫੜੀ ਯਾਰ ਇਹਨੇ ਦੋ ਦਿੱਤੇ ਦੋ ਬਖੱਡੇ ਦੋ ਬੱਚੇ ਹੀ ਇਹਨਾਂ ਨੇ ਵੀ ਨਾ ਤੇ ਮੈਨੂੰ ਲੱਗ ਰਿਹਾ ਥੱਲੇ ਬੱਚਾ ਹੈਗਾ ਵਾ ਬਸ ਫਿਰ ਉਹ ਮਾਸ਼ਾਅੱਲਾ ਉਹ ਬੱਚਾ ਠੀਕ ਆ ਉਹਦੀ ਗਰੋਥ ਵੀ ਸਹੀ ਹੈ ਫਿਰ ਇੱਕ ਬੱਚਾ ਇਹਨਾਂ ਦਾ ਵੀ ਜਿਹੜਾ ਨਾ ਇੱਥੇ ਐਕ ਸਾਈਡ ਤੇ ਪਿਆ ਸੀਗਾ ਇਹ ਦੋਸਤੋ ਬੱਚਾ ਇਹ ਵੀ ਐਕਸਪਾਇਰ ਹੋ ਗਿਆ ਠੀਕ ਆ ਤੇ ਕਿੰਨਾ ਠੰਡਾ ਆ ਪਿਆ ਹੁਣ ਪਤਾ ਨਹੀਂ ਠੰਡ ਦੀ ਵਜ੍ਹਾ ਨਾਲ ਹੋਇਆ ਜਾਂ ਇਹਨਾਂ ਨੂੰ ਲੈਦਾ ਹੋ ਗਿਆ ਮੈਂ ਹੁਣ ਅੱਲਾ ਹੀ ਜਾਣਦਾ ਕਿਹੜੀ ਵਜ੍ਹਾ ਸੀਗੀ ਬਣਾ ਲਿਆ ਕਿ ਇੱਥੇ ਸਾਈਡ ਤੇ ਲੱਗਾ ਪਿਆ ਸੀਗਾ ਬੱਚਾ ਐਕਸਪਾਇਰ ਹੋਇਆ ਪਿਆ ਸੀ ਦੂਸਰੇ ਜਿਨ੍ਹਾਂ ਨੇ ਬੱਚੇ ਕੱਢੇ ਆ ਮੈਂ ਉਹਨਾਂ ਨੂੰ ਵੀ ਤੁਹਾਨੂੰ ਵੀਡੀਓ 'ਚ ਅੱਗੇ ਚੈੱਕ ਕਰਾਉਂਦਾ ਵਾਂ ਉਹਨਾਂ ਨੂੰ ਅਸੀਂ ਬਾਸਕਟ ਲਾਉਣ ਲੱਗੇ ਹਾਂ ਕਿ ਕਮੈਂਟ ਮੈਂ ਪੜਿਆ ਸੀਗਾ ਕਿ ਦੇਖੋ ਕੋਈ ਚੀਜ਼ ਵਾਕੇ ਸਾਡੇ ਜ਼ਿਹਨ 'ਚ ਨਹੀਂ ਆਈ ਕਿ ਯਾਰ ਉਹ ਥੱਲੇ ਕਿਤੇ ਬੱਚੇ ਜੇ ਗਰੋਥ ਕਰਦੇ ਘੁੰਮ ਕੇ ਨੀਚੇ ਨਾ ਗਿਰ ਜੇ ਵੇਖੋ ਉਹਦੇ ਵਾਸਤੇ ਬਾਸਕਟ ਰੱਖਣਗੇ ਜਾਂ ਮੈਂ ਇਹਨੂੰ ਸਾਈਡ 'ਤੇ ਰੱਖਦੇ ਇੱਥੇ ਅਤੇ ਉਹ ਬਾਸਕਟ ਫੜ ਪਹਿਲੇ ਰੱਖੀਏ ਜ਼ਰਾ ਇਹ ਦੋਸਤੋ ਬਾਸਕਟ ਜਿਹੜੀ ਅਸੀਂ ਹੁਣ ਕਰਨ ਲੱਗੇ ਹਾਂ ਇੱਥੇ ਸ਼ਿਫਟ ਠੀਕ ਹੈ ਇਹ ਜਿਹਨੇ ਬੱਚੇ ਦਿੱਤੇ ਹੋਏ ਨੇ ਨਾ ਪਹਿਲੇ ਆਹ ਚੱਕ ਯਾਰ ਬਾਕਸ ਜਿਹੜਾ ਹੈ ਨਾ ਇਹ ਮੇਰਾ ਵੀਰ ਹਾਂ ਆਹ ਬਾਕਸ ਰੱਖਣਾ ਇਹਨਾਂ ਨੂੰ ਆਂਡੇ ਨਹੀਂ ਹੈਗੇ ਤੂੰ ਚੱਕ ਬਾਕਸ ਇਹਨੇ ਕਿੱਥੋਂ ਦੇਣੇ ਆ ਫੰਡਰ ਨੇ ਸਾਰੇ ਸ਼ਾਬਾ ਜਵਾਨਾ ਸ਼ਾਬਾ ਹੁਣ ਉਸ ਕਰਕੇ ਚੱਕਿਆ ਕਿ ਤਾਂ ਕਿ ਤਸੱਲਾ ਦੇ ਨਾਲ ਨਾ ਇਹ ਬੱਚਿਆਂ ਵਾਲਾ ਜਿਹੜਾ ਸਿਸਟਮ ਇਹਦੇ ਵਿੱਚ ਰੱਖਿਆ ਜਾ ਸਕੇ ਤੇ ਇਹਦੇ ਉੱਤੇ ਤਾਰਾਂ ਹਟਾਉਣੀਆਂ ਪੈਣੀਆਂ ਪਹਿਲੇ ਸਾਡੇ ਤਾਂ ਦੇਣ 'ਚ ਵੀ ਨਹੀਂ ਮੈਂ ਕਮੈਂਟ ਪੜਿਆ ਮੈਂ ਕਿਹਾ ਜਾਂਦੇ ਆ ਪਹਿਲੇ ਕੰਮ ਕਰਨਾ ਵਾ ਮੁੜ ਕੇ ਇਹਨਾਂ ਵੀ ਜਿਹੜੇ ਦੋ ਨਿਕਲ ਕੇ ਆ ਯਾਰ ਉਹਦੇ ਜਰਾ ਬਿਸਮਿਲਲਾ ਇਹਨਾਂ ਮੈਂ ਇੱਦਾਂ ਜਿੱਦਾਂ ਮੈਂ ਘੋਂਸਲਾ ਬਣਾਇਆ ਹੋਇਆ ਨਾ ਮੇਰੀ ਸੁਣਾਇਆ ਮੈਂ ਉੱਦਾਂ ਹੀ ਚੱਕਾਂ ਹਾਲੇ ਸਹੀ ਆ ਗਿਆ ਨਾ ਵਿੱਚ ਘੋਂਸਲਾ ਨਾ ਹਾਂਜੀ ਮੈਂ ਦੋਸਤੋ ਇੱਦਾਂ ਹੀ ਇਹਦੇ ਵਿੱਚ ਰੱਖ ਦਿੱਤਾ ਜੀ बच्चे धो गए टेंशन से घूम के गिर ना जान लो मेरा भी तुहाडे कमेंट दस अमल कर दिता जी कुछ नहीं है खाली है ਇਹ ਸ਼ੁਰੂ ਤੋਂ ਖਾਲੀ ਦੇ ਖਾਲੀ ਹੈ ਹੁਣ ਚੱਲੀਏ ਸਭ ਤੋਂ ਪਹਿਲੇ ਤਾਂ ਖਰਗੋਸ਼ਾਂ ਨੂੰ ਬੱਠੇ ਪਾਈਏ ਖਰਗੋਸ਼ਾਂ ਨੂੰ ਲੈ ਕੇ ਬੈਠੇ ਖਰਗੋਸ਼ਾਂ ਨੇ ਮੇਰੀ ਆਵਾਜ਼ ਸੁਣ ਕੇ ਆਏ ਸੀਗੇ ਜਾਂ ਪਤਾ ਮੈਨੂੰ ਵੇਖ ਕੇ ਬਾਹਰ ਆਏ ਸੀਗੇ ਉਹਨਾਂ ਕਿਹਾ ਸ਼ਾਇਦ ਪੱਠੇ ਆਏ ਆ ਪਹਿਲੇ ਉਹਨਾਂ ਨੂੰ ਪੱਠੇ ਪਾਉਂਦੇ ਹਾਂ ਤੇ ਫਿਰ ਜਨਾਬ ਤੁਹਾਨੂੰ ਅੱਗੇ ਡੋਗ ਦਾ ਸ਼ੌਕ ਕਰਾਉਂਦੇ ਹਾਂ ਪੱਠੇ ਪਾਉਣ ਤੋਂ ਪਹਿਲੇ ਮੈਂ ਕਿਹਾ ਇਹਨਾਂ ਨੂੰ ਵੀ ਇੱਕ ਨਜ਼ਰ ਮਾਰ ਲਈਏ ਯਾਰ ਇਹਨਾਂ ਕੋਲ ਸਾਡੇ ਕੋਲ ਚੜ ਨਹੀਂ ਹੋਣਾ ਇੱਥੇ ਇਹਨਾਂ ਨੇ ਮੇਰਾ ਖਿਆਲ ਕੋਈ ਬੱਚਾ ਤਾਂ ਨਹੀਂ ਕੱਢ ਲਿਆ ਕਿਤੇ ਜਾਂ ਮੈਨੂੰ ਕੋਈ ਚੀਜ਼ ਲਿਆ ਯਾਰ ਰੱਖ ਇਹਨੂੰ ਵੇਖੀਏ ਹਾਂਜੀ ਹੁਣ ਇੱਥੇ ਵੀ ਜੁਗਾੜ ਲਾਉਣ ਲੱਗੇ ਕਿ ਦੋ ਗਿੱਟਾਂ ਰੱਖੀਆਂ ਤੂੰ ਮੇਰੇ ਨਾਲ ਖੁੱਲਾ ਮੈਂ ਤੇਰੇ ਮੋਢੇ ਤੇ ਮੋਢਾ ਜਾ ਰੱਖ ਲਵਾਂ ਲੈ ਨਹੀਂ ਇੱਥੇ ਤਾਂ ਹਲੇ ਆਂਡੇ ਹੀ ਪਏ ਬਾਬਾ ਉਹ ਦੇਖੋ ਜਿੱਥੇ ਆਂਡੇ ਹੀ ਆ ਦੋ ਇੱਧਰ ਇੱਕ ਬੱਚਾ ਵਾ ਇਹਦਾ ਧਿਆਨ ਰੱਖਣਾ ਚਾਹੀਦਾ ਇਹਨੂੰ ਦੇਖਿਆ ਕਰਨਾ ਧਿਆਨ ਨਾਲ ਤੇ ਇੱਧਰ ਦੋ ਬੱਚੇ ਪਏ ਆ ਆਹ ਉਤਲਾ ਬੋਕਸ ਖਾਲੀ ਆ ਤੇ ਆ ਵੀ ਖਾਲੀ ਆ ਤੇ ਇਹਨਾਂ ਨੇ ਵੀ ਅੰਡੇ ਦੇਣੇ ਵਾਲੇ ਆ ਜਿਹੜਾ ਹਾਂ ਜਿਹੜਾ ਜੋੜਾ ਨੀ ਹਾਂ ਹੁਣ ਮਾਦੀ ਉੱਧਰ ਬੱਚਿਆਂ ਲਈ ਆ ਕੇ ਬੈਠੀ ਹੈ ਨਾ ਪਿੱਛੇ ਨੂੰ ਸਲੇਟਾ ਜਿਹਾ ਬੈਠਾ ਜਿਹੜਾ ਇੱਥੇ ਇਹ ਵੀ ਹੁਣ ਅੰਡੇ ਦੇਣੇ ਵਾਲਾ ਆ ਇਹ ਤੇ ਆ ਵਾਈਟ ਦੋਵੇਂ ਜਿਹਨਾਂ ਦਾ ਜੋੜਾ ਲੱਗਣਾ ਪਰ ਨਰ ਮਾਦੀ ਕਿਹੜਾ ਹੋਣਾ ਅਕਸਰ ਮੈਂ ਇੱਥੇ ਦੇਖ ਬੈਠਿਆ ਦੇਖਦਾ ਆ ਹੁਣ ਇਹ ਨਹੀਂ ਪਤਾ ਇਹਨਾਂ ਦੇ ਵਿੱਚੋਂ ਨਰ ਆ ਵਾ ਜਾਂ ਇਹ ਆ ਇਹ ਅਜੇ ਤੱਕ ਕੋਈ ਕਨਫਰਮ ਨਹੀਂ ਹੈਗਾ ਸਾਨੂੰ ਦੂਸਰੇ ਨੀਚੇ ਉੱਠ ਕੇ ਕਾਲੇ
ਸਾਰੇ ਹੁਣ ਜਗ੍ਹਾ ਇੱਥੇ ਜਾ ਕੇ ਜਗ੍ਹਾ ਬਣਾ ਲਈ ਉਮੀਦ ਬੜੀ ਹੈ ਇਹਨਾਂ ਅਸੀਂ ਕ੍ਰਾਸ ਹੁੰਦੇ ਦੇਖਿਆ ਵਾ ਦੇਖਿਆ ਮਸਤੀ ਕਰ ਰਹੇ ਨਾ ਇਹਨਾਂ ਨੂੰ ਕ੍ਰਾਸ ਹੁੰਦੇ ਦੇਖਿਆ ਉਮੀਦ ਆ ਕਿ ਇਨਸ਼ਾਅੱਲਾ ਇਹ ਵੀ ਅੰਡੇ ਦੇਣਗੇ ਵੀ ਆਪਣੇ ਬੱਚੇ ਆਪ ਕੱਢਣਗੇ ਕਿ ਕਿਸੇ ਦੇ ਕਢਾਏ ਹੁਣ ਆਪਣੇ ਕੱਢਣਗੇ ਇੱਕ ਨਜ਼ਰ ਮੈਂ ਕਿਹਾ ਜਦੋਂ ਦੂਸਰੇ ਪਰਿੰਦਿਆਂ ਨੂੰ ਵੇਖ ਰਿਹਾ ਤੇ ਬੱਚਿਆਂ ਵਾਲੇ ਅੰਡਿਆਂ ਵਾਲੀ ਮੁਰਗੀ ਨੂੰ ਵੀ ਦੇਖ ਲਈਏ ਇਹਨੂੰ ਹੁਣ ਪਤਾ ਨਹੀਂ ਕਿੰਨੇ ਦਿਨ ਹੋ ਗਏ ਬੈਠੇ ਨੇ ਤੇ ਮੈਨੂੰ ਨਹੀਂ ਯਾਦ ਕਿਉਂਕਿ ਤਰੀਕ ਤਰੂਕ ਮੈਂ ਕੋਈ ਨਹੀਂ ਲਿਖੀ ਬਰਲ ਇੱਕ ਨਿਗਾਹ ਮਾਰ ਲਈ ਇਹਨੂੰ ਇਹ ਠੀਕ ਆ ਜਨਾਬ ਆਪਣੇ ਅੰਡੇ ਲੈ ਕੇ ਤੇ ਬੈਠੀ ਆਰਾਮ ਸਕੂਨ ਦੇ ਨਾਲ ਤੇ ਮੈਂ ਉਹਨੂੰ ਉਠਾ ਕੇ ਸਾਈਡ ਤੇ ਕੀਤਾ ਸੀਗਾ ਕੁੜਾ ਨੇ ਕੁੜਕ ਕੀਤਾ ਹੋਇਆ ਵੇਖੋ ਜਿਵੇਂ ਦੂਸਰੀਆਂ ਮੁਰਗੀਆਂ ਕਰਦੀਆਂ ਨੇ ਔਰ ਉਸ ਦਿਨ ਤੋਂ ਬਾਅਦ ਜਦੋਂ ਨੇ ਚੂਚੇ ਮਰੇ ਆ ਨਾ ਜਿਸ ਦਿਨ ਦੇ ਦੋਸਤੋ ਚੂਜੇ ਐਕਸਪਾਇਰ ਦੋ ਚੂਜੇ ਐਕਸਪਾਇਰ ਹੋਏ ਨਾ ਉਸ ਦਿਨ ਦਾ ਅਸੀਂ ਕੁੰਡਾ ਪਾਣੀ ਵਾਲਾ ਉਹਨਾਂ ਨੂੰ ਉੱਪਰ ਰੱਖਣ ਲੱਗ ਪਏ ਹਾਂ ਔਰ ਇੱਕ ਦੋਸਤ ਨੇ ਮੈਨੂੰ ਜਿਨ੍ਹਾਂ ਨੇ ਮੈਨੂੰ ਗਿਫਟ ਕੀਤਾ ਸੀ ਉਹਨਾਂ ਨੇ ਮੈਨੂੰ ਬੋਤਲ ਵੀ ਭੇਜੀ ਸੀ ਤਸਵੀਰ ਉਹ ਬੋਤਲ ਮੇਰੇ ਕੋਲ ਹੈਗੀ ਸੀਗੀ ਉਹ ਮੇਰਾ ਦੋਸਤ ਲੈ ਗਿਆ ਉਹਨੇ ਚੂਜੇ ਰੱਖੇ ਹੋਏ ਸੀਗੇ ਜਿਸ ਤਰ੍ਹਾਂ ਅਸੀਂ ਐਂ ਡਰਾਪਰ ਬਣਾਇਆ ਹੋਇਆ ਠੀਕ ਹੈ ਉਹ ਹੁਣ ਮੈਂ ਸ਼ਹਿਰੋਂ ਜਾਵਾਂਗਾ ਤੇ ਲੈ ਕੇ ਆਵਾਂਗਾ ਬੋਤਲ ਦੇ ਥੱਲੇ ਪਲਾਸਟਿਕ ਵਾਲਾ ਲੱਗਣਾ ਚੂਜਿਆਂ ਵਾਸਤੇ ਹੁੰਦਾ ਪਾਣੀ ਪੀਣ ਲਈ ਉਹ ਲਿਆ ਕੇ ਟੰਗਾਂਗੇ ਇੱਕ ਤੇ ਉਹਦੇ ਵਿੱਚ ਤਾਂ ਨਹਾ ਨਹੀਂ ਸਕਦੇ ਠੰਡ ਦੇ ਵਿੱਚ ਜਿੱਦਾਂ ਹੁਣ ਵੇਖੋ ਤੁਸੀਂ ਸਾਰਾ ਦਿਨ ਚਿਕੜ ਵਗੈਰਾ ਕੀਤਾ ਦੂਸਰੀ ਗੱਲ ਇਹ ਆ ਕਿ ਉਹਦੇ ਵਿੱਚ ਚੂਜੇ ਗਿਰਨਗੇ ਨਹੀਂ ਹੁਣ ਅਸੀਂ ਚੂਜਿਆਂ ਵਾਸਤੇ ਪਾਣੀ ਪਤਾ ਕਿੱਦਾਂ ਰੱਖਦੇ ਹਾਂ ਅਸੀਂ ਇਹਦੇ ਵਿੱਚ ਪਾਣੀ ਰੱਖਦੇ ਹਾਂ ਕਨਾਲੀ ਦੇ ਵਿੱਚ ਇਹਨੂੰ ਧੋ ਕੇ ਇਹਦੇ ਵਿੱਚ ਪਾਣੀ ਚੇਂਜ ਕਰੀਦਾ ਦਿਹਾੜੀ ਦਾ ਇੱਕ ਦੋ ਦਫਾ ਤਾਂ ਕਿ ਜ਼ਿਆਦਾ ਠੰਡਾ ਪਾਣੀ ਨਾ ਹੋਵੇ ਹੁਣ ਵੇਖੋ ਹੁਣ ਵੀ ਪਾਣੀ ਕਾਫੀ ਠੰਡਾ ਹੋ ਗਿਆ ਜਦੋਂ ਬਿਜਲੀ ਆਏਗੀ ਹੁਣ ਲਾਈਟ ਆਫ ਆ ਲਾਈਟ ਆਏਗੀ ਤੇ ਇੱਕ ਦਫਾ ਫਿਰ ਤਾਜ਼ਾ ਪਾਣੀ ਕੱਢ ਕੇ ਨਾਲ ਡੌਗਸ ਨੂੰ ਪਾਉਣਾ ਨਾਲੇ ਸਾਰੇ ਨਾ ਚੇਂਜ ਕਰ ਦੇਣਾ ਅੱਲਾ ਦਾ ਸ਼ੁਕਰ ਆ ਕਿ ਵੀ ਕਾਫੀ ਬਿਹਤਰ ਹੋ ਗਈ ਵੇਖੋ ਗਰਦਨ ਦੇ ਵਾਲ ਇਹਦੇ ਬਿਲਕੁਲ ਠੀਕ ਹੋਣੇ ਸ਼ੁਰੂ ਹੋ ਗਏ ਜ਼ਖਮ ਇਹਦਾ ਨਾ ਕਾਫੀ ਬਿਹਤਰ ਹੋ ਗਿਆ ਮੇਰੇ ਦਾ ਇਨਸ਼ਾਅੱਲਾ ਸੈੱਟ ਹੋ ਗਈ ਨਾ ਦੁਬਾਰਾ ਤੇ ਫਿਰ ਅੰਡੇ ਦੇਣ ਲੱਗ ਪੈ ਗਏ ਇਹ ਸਿਲਵਰ ਟੇਲ ਵਾਲਾ ਸੀਗਾ ਮਗਰ ਇਹ ਖਾਲੀ ਹੋ ਗਿਆ ਜਨਾਬ ਤੇ ਮਾਸ਼ਾਅੱਲਾ ਸਾਨੂੰ ਤੇ ਇਹਨਾਂ ਲੱਕੀਆਂ ਦੀ ਬੜੀ ਖੁਸ਼ੀ ਜਿਨ੍ਹਾਂ ਨੇ ਆ ਦੇਖੋ ਮਸ਼ੀਨ ਤੇ ਘੋਂਸਲਾ ਬਣਾ ਕੇ ਦੋ ਅੰਡੇ ਦਿੱਤੇ ਹੋਏ ਇੱਥੇ ਨਾਲ ਲਓ ਜੀ ਅੱਜ ਇਹ ਕਨਫਰਮ ਹੋ ਗਿਆ ਜੇ ਤੇ ਇਹ ਸਿਲਵਰ ਟੇਲ ਵਾਲਾ ਨਰ ਵਾ ਠੀਕ ਹੈ ਜਿਸ ਤਰ੍ਹਾਂ ਗੁੱਟਕ ਰਿਹਾ ਪਤਾ ਲੱਗ ਗਿਆ ਕਿ ਨਰ ਵਾ ਤੇ ਇਹਦੇ ਨਾਲ ਘੁਮਾਦੀ ਹੋਵੇ ਤੇ ਇਹਦਾ ਵੀ ਜੋੜਾ ਲੱਗ ਜਾਏਗਾ ਮੁਰਗਿਆਂ ਦੇ ਕੰਮ ਦੇਖੋ ਕਿਤੇ ਚੜ ਗਏ ਉਹ ਫਿਰ ਉਹ ਸੀਲ ਮੁਰਗਾ ਉਹ ਚੜ੍ਹਣੀ ਹੁੰਦਾ ਹੁਣ ਸ਼ਾਮ ਦਾ ਟਾਈਮ ਹੁੰਦਾ ਜਾਂਦਾ ਵਾ ਸੂਰਜ ਉਹ ਨਹੀਂ ਨਿਕਲਦਾ ਹੈਗਾ ਤੇ ਮੁਰਗੀਆਂ ਦੋਸਤੋ ਸਾਰੀਆਂ ਸਾਡੀਆਂ ਚੜ੍ਹ ਚੱਲੀਆਂ ਜੇ ਉੱਪਰ ਜਾਮਨ ਦੇ ਉੱਪਰ ਅੱਜ ਇਹ ਵਲੋਗ ਹੈਗਾ ਜੇ 8 ਤਰੀਕ ਦਾ ਤੇ ਇਨਸ਼ਾਅੱਲਾ 1 ਜਾਂ 2 ਦਿਨ ਤੱਕ ਬਿਜਲੀ ਦਾ ਟਾਈਮ ਵੀ ਪੂਰਾ ਹੋ ਜਾਣਾ ਵਾ ਉਹਨੇ ਵੀ ਆਪਣਾ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਬੱਚੇ ਦੇ ਦੇਣੇ ਆ ਤੇ ਮੈਂ ਕਿਹਾ ਪਤਾ ਨਹੀਂ ਕੋਈ ਨਵਾਂ ਪਰਿੰਦਾ ਆਇਆ ਬਗਲਾ ਸੀਗਾ ਤੇ ਬਾਕੀ ਮੌਸਮ ਵੇਖੋ ਠੰਡ ਅਖੀਰ ਦੀ ਆ ਧੁੰਦ ਦੀ ਧੁੰਦ ਹਰ ਪਾਸੇ ਨਜ਼ਰ ਆ ਰਹੀ ਹੈ ਵੇਖੋ ਬਾਦਲ ਹੀ ਬਾਦਲ ਹਰ ਪਾਸੇ ਛਾਏ ਹੋਏ ਆ ਕਿੱਦਾਂ ਗੁਬਾਰ ਹੀ ਗੁਬਾਰ ਹਰ ਪਾਸੇ ਵੇਖੋ ਨਜ਼ਰ ਆ ਰਿਹਾ ਜੀ ਲਓ ਜੀ ਬੱਚਾ ਵੀ ਛੋਟਾ ਜਿਹਾ ਸੀ ਇਸ ਕਰਕੇ ਟੋਇਆ ਵੀ ਛੋਟਾ ਜਿਹਾ ਭਾਤ ਨਹੀਂ ਪਾਦੇ ਮਿੱਟੀ ਆਰਾਮ ਨਾਲ ਤੇ ਮਿੱਟੀ ਮਾਰ ਕੇ ਨਾ ਨਰਾ ਉਤੋਂ ਹੱਥ ਮਾੜਾ ਮਾੜਾ ਮਾਰ ਦੇਣਾ ਉਹ ਸਖਤ ਜਿਹੀ ਹੋ ਜਾਏਗੀ ਜਗ੍ਹਾ ਚਲੋ ਬਸ ਇੰਨੀ ਕੁ ਜ਼ਿੰਦਗੀ ਹੁੰਦੀ ਬੰਦੇ ਦੀ ਵੀ ਤੇ ਜਾਨਵਰ ਦੀ ਵੀ ਜਮਨ ਨੂੰ ਖਿੱਚੀ ਜਾਂਦਾ ਇਹ ਕੀ ਕਹਿੰਦਾ ਜਮਨ ਤੈਨੂੰ ਕਹਿੰਦਾ ਉਧਰ ਨੂੰ ਚੱਲੀਏ ਨਾ ਹੈਂ ਅੰਦਰ ਨਾ ਜਾ ਇਹਨੂੰ ਅੰਦਰ ਲੈ ਕੇ ਜਾ ਕੀ ਕਰਦਾ ਜ਼ਰਾ ਇਹਨੂੰ ਅੰਦਰ ਲੈ ਕੇ ਜਾ ਜ਼ਰਾ ਓਏ ਕੀ ਕਹਿੰਦਾ ਪਿੱਛੇ ਨਾ ਕਹਿੰਦਾ ਅੰਦਰ ਨਹੀਂ ਜਾਣਾ ਕਹਿੰਦਾ ਅੰਦਰ ਨਹੀਂ ਦੋਸਤੋ ਕਹਿੰਦਾ ਜਾਣਾ ਉਧਰ ਲੈ ਕੇ ਜਾ ਇਹਨੂੰ ਛੱਡ ਦੇ ਖੁੱਲਾ ਜ਼ਰਾ ਖੁੱਲਾ ਛੱਡ ਦੇ ਗੱਲ 'ਚ ਖੋਲ ਦੇ ਜ਼ਰਾ ਅੱਜ ਇਹਨੂੰ ਨਸ ਲੈਣ ਦੇ ਜ਼ਰਾ ਥੋੜ੍ਹੇ ਉਹ ਤੇ ਗੁੱਸਾ ਚੜ ਗਿਆ ਦਮਨ ਧਿਆਨ ਨਾਲ ਉਹਨੂੰ ਗੁੱਸਾ ਚੜ ਗਿਆ ਹੀ ਉਹ ਇਹਨੂੰ ਫੁੱਲ ਗੁੱਸਾ ਚੜ ਗਿਆ ਲੱਗਦਾ ਹੁਣ ਉਹ ਰੱਸਾ ਫੜਿਆ ਹੋਇਆ ਇਹਨੇ ਚੱਲ ਨਹੀਂ 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 ਤੈਨੂੰ ਕਹਿੰਦਾ ਨਾਲ ਆ ਮੇਰੇ ਜਾ ਨਾਲ ਲਾ ਜਾ ਪਰੇ ਉਹਨੂੰ ਗੁੱਸਾ ਚੜ ਗਿਆ ਹੁਣ ਲੋ ਜੀ ਵੀਰ ਹੁਣ ਕੋਕੋ ਨੂੰ ਵੀ ਆ ਗਈ ਮੈਂ ਕਹਿੰਦਾ ਛੱਡ ਦੇ ਇਹਨੂੰ ਵੀ ਜ਼ਰਾ ਇਹਨੂੰ ਕੋਕੋ ਨੂੰ ਵੀ ਗੱਲ 'ਚ ਛੱਡ ਦੇ ਉਹ ਬਸ ਕਰ ਅੱਡਿਆ ਤੂੰ ਕਿਤੇ ਸਤਾਦ ਖਲੋਨਾ ਤੂੰ ਅਜੇ ਵੱਡਾ ਐਡਾ ਤੂੰ ਬਰੀਡਰ ਮਸਤੀਆਂ ਪੂਰੀਆਂ ਮਾਰਦਾ ਜੇ ਤੇ ਕੋਕੋ ਵੇਖੋ ਹੁਣ ਕੀ ਕਰਦੀ ਵੀਰੋ ਪਿਛਲੇ ਵਲੋਗ ਤੁਸੀਂ ਵੇਖਿਆ ਕਿ ਸਟੈਲਾ ਤੇ ਖਾਲੀ ਪਹਿਲੇ ਗੇਟ ਦੀ ਕੁੰਡੀ ਢਾਇਆ ਭੱਜ ਕੇ ਜਾ ਕੇ ਤੇ ਲੜਨਾ ਪੈਣ ਬਸ ਕਰੇ ਹੁਣ ਕੋਕੋ ਨੂੰ ਕੁੱਟੂਗੀ ਦੇਖਿਓ ਹਾਂ ਕੋਕੋ ਕਹਿੰਦੀ ਇਧਰ ਆਦਰਾ ਲਾਈ ਕਰਾਂ ਜ਼ਰਾ ਪੇਟ ਸ਼ੇਟ ਤੇ ਵੀ ਹੁੰਦੇ ਯਾਰ ਬੜਾ ਸੁਤਰੀ ਜਾਂਦੀ ਪਤਾ ਨਹੀਂ ਖਾ ਖਾ ਕੇ ਮਾਲ ਸੁਤਰੀਆਂ ਜਾ ਰਹੀਆਂ ਕੀ ਕਰਦੀਆਂ ਕੁਝ ਸਮਝ ਨਹੀਂ ਆ ਰਹੀ ਥਾਂ ਤੇ ਜਮਨ ਲੈ ਕੇ ਚਲਾ ਗਿਆ ਉਧਰ ਕੋਕੋ ਵਾਪਸ ਆ ਕੋਕੋ ਇਧਰ ਆ ਵੇਖਿਓ ਆਉਂਦੀ ਵਾਪਸ ਕੋਕੋ ਇਧਰ ਆ ਇਧਰ ਆ ਜਲਦੀ ਆ ਆ ਜਾ ਆ ਜਾ ਆ ਜਾ ਜਲਦੀ ਆ ਵਾਪਸ ਕੋਕੋ ਇਧਰ ਆ ਇਹ ਤੂੰ ਉੱਥੇ ਖੜਾ ਰਹਿਣਾ ਹੈ ਨਾ ਵੇਖੀ ਆਉਂਦੀ ਮੈਂ ਕਿਹਾ ਵੇਖਾਂ ਆਉਂਦੀਆਂ ਕਿ ਨਹੀਂ ਆਉਂਦੇ ਲੈ ਮਾਰ ਦੇ ਮਨ ਆਵਾਜ਼ ਹੁਣ ਉਧਰ ਪਰ ਗੇਟਾ ਲੋ ਕੇ ਆਵਾਜ਼ ਮਾਰ ਦਰਾ ਲੱਗ ਜਾਂਦਾ ਪਤਾ ਕਿ ਤੇਰੀ ਚਾਹਤ ਜ਼ਿਆਦਾ ਮੇਰੀ ਕਿ ਮੇਰੀ ਚਾਹਤ ਕੋਕੋ ਇਧਰ ਆ ਨਹੀਂ ਆ ਜਾ ਇਧਰ 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 ਮਾਰ ਲੈ ਕੇ ਤੂੰ ਆਪਣਾ ਦੱਸੋ ਦਰਵਾਜ਼ੇ ਦੇ ਲਾਗੇ ਖੜਾ ਵਾਲਾ ਮਾਰਿਆ ਵਾਲਾ ਲਾਉਂਦੇ ਨਹੀਂ ਜਾ ਰਹੀ ਹੈਗੀ ਇੱਥੇ ਵੇਖ ਲਓ ਮੇਰੇ ਲਾਗੇ ਫਿਰਦੀ ਜਿੱਦਾਂ ਨੂੰ ਮੈਂ ਜਾਣਾ ਨੇ ਮੇਰੇ ਮਗਰ 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 ਰਹਿਣਾ ਇਹਨੇ ਉਹਦੇ ਨਾਲ ਜੁਗਨੂੰ ਵੀ ਨਾਲ ਹੀ ਆ ਵੇਖੋ ਉਹ ਵੀ ਉਧਰ ਜਾ ਰਹੇ ਆ ਤੇ ਬਰਾ ਲੈ ਕੇ ਆਉਂਦੇ ਨੇ ਇਦਾਂ ਨਹੀਂ ਕੁਝ ਕਹਿੰਦੇ ਹੈਗੇ ਤੇ ਉਧਰ ਉਹਦੇ ਨਹੀਂ ਜਾ ਰਹੀ ਬਿਲਕੁਲ ਮਾਰ ਆਵਾਜ਼ ਉਹ ਗੁਬਾਰਾ ਕੁੱਤਾ ਫਿਰਦਾ ਦੇਖੋ ਜਿੱਦਾਂ ਨੂੰ ਮੈਂ ਜਾਣਾ ਕੋਕੋ ਨੇ ਮੇਰੇ ਨਾਲ ਹੀ ਰਹਿਣਾ ਦੋਸਤੋ ਇਹਦੇ ਜਿੰਨੀ ਸਮਝਦਾਰ ਫੀਮੇਲ ਵੀ ਕੋਈ ਨਹੀਂ ਹੋਣੀ ਹੈਗੀ ਇਹਨੂੰ ਤੁਸੀਂ ਜਿੱਥੇ ਮਰਜ਼ੀ ਨਵੀਂ ਜਗ੍ਹਾ 'ਤੇ ਵੀ ਜਾ ਕੇ ਛੱਡ ਦਿਓਗੇ ਨਾ ਜਿੱਥੇ ਤੁਸੀਂ ਜਾਣਾ ਤੁਹਾਡੇ ਆਲ ਰਾਊਂਡ ਮਾਉਣੇ ਨੇ ਘੁੰਮਦੇ ਰਹਿਣਾ
ਇਹ ਸ਼ੈ ਹੁੰਦੀ ਜੇ ਵੀਰੋ ਵੇਖੋ ਹੁਣ ਖੁੱਲੀ ਛੱਡੀ ਹੈ ਨਾ ਤੇ ਉਹ ਬਰਸਣ ਦੇ ਪੱਤੇ ਪੱਤੇ ਜਿਹੜੀ ਉਹ ਚੱਟ ਰਹੀ ਆ ਇਦਾਂ ਜਾਨਵਰ ਆਪਣਾ ਆਪਣਾ ਹਾਜ਼ਮਾ ਫਿੱਟ ਰੱਖਦਾ ਆ ਠੀਕ ਹੈ ਹੁਣ ਵੇਖੋ ਉਹਨੂੰ ਉਹਨੂੰ ਪਤਾ ਕਿ ਮੈਂ ਕਿਹੜੀ ਸ਼ੈ ਚੱਟਣੀ ਹੈ ਕਿਹੜੀ ਸ਼ੈ ਚਬਾਉਣੀ ਉਹਨੂੰ ਚਬਾ ਚਬਾ ਕੇ ਉਹਦਾ ਜੂਸ ਪੀ ਲੈਣਾ ਜਾਂ ਫਿਰ ਅੰਦਰ ਪੱਤੇ ਲੈ ਜਾਣੇ ਉਹਦੇ ਨਾਲ ਉਲਟੀ ਕਰਕੇ ਤੇ ਆਪਣਾ ਅੰਦਰ ਵਾਲਾ ਗੰਦ ਗੁੰਦ ਹੋਣਾ ਨਾ ਉਹਨੇ ਸੜ ਦੇਣਾ ਵੈਸੇ ਮਾਸ਼ਾਅੱਲਾ ਫਰੈਸ਼ ਹੈਗੀ ਆ ਜ਼ਬੈਰ ਨੇ ਫੜ ਲਿਆ ਫੜ ਲਾ ਜੇ ਮੈਨੂੰ ਫੜ ਲਾ ਬੱਚੇ ਨੇ ਕਾਬੂ ਵੀ ਗਲੇ ਤੋਂ ਹੀ ਆ ਗਿਆ ਹੋਕਾ ਕੀ ਜ਼ਬੈਰ ਦੇ ਹੱਥ ਚ ਉਹਨੇ ਤੇਰੀ ਬਾਹ ਨੂੰ ਸਾਰੇ ਗੰਦੇ ਕਰ ਦਿੱਤੇ ਕੱਪੜੇ ਚਲੋ ਪੁੱਤ ਨਿੰਗਣ ਵਾਲੇ ਕਰੋ ਸ਼ਾਬਾ ਸ਼ਾਬਾ ਤੁਹਾਡਾ ਕਰਕੇ ਉਹਨੂੰ ਫੜਿਆ ਸੀ ਕਿਉਂਕਿ ਇਹ ਬੜਾ ਦੋਸਤ ਹੋ ਆਪਣਾ ਨਾ ਤੰਗ ਕਰਦਾ ਕਿਸੇ ਕਿਸੇ ਵੇਲੇ ਨਾ ਬੱਚਿਆਂ ਨੂੰ ਇਹਨਾਂ ਚੀਜ਼ਾਂ ਨੂੰ ਵੇਖ ਕੇ ਨਾ ਬਾਬੇ ਨੂੰ ਕਿਸੇ ਨੇ ਸੋਟੇ ਵਾਲੇ ਨੂੰ ਬੱਚਿਆਂ ਨੂੰ ਵੇਖ ਕੇ ਜਦੋਂ ਨਿਆਣੇ ਭਾਈ ਦੇ ਸ਼ਰਾਰਤਾਂ ਕਰਦੇ ਆਪਣੇ ਲਈ ਵੀ ਸ਼ਰਾਰਤਾਂ ਕਰਦਾ ਉਹਨਾਂ ਨਾਲ ਬਾਰ ਫਿਰ ਬੱਚੇ ਤੁਹਾਨੂੰ ਪਤਾ ਡਰ ਜਾਂਦੇ ਉਹਨਾਂ ਨੇ ਕਿਹਾ ਕਿ ਇਹ ਨਾ ਹੋਵੇ ਸਾਨੂੰ ਇਹ ਪੈ ਨਾ ਜਾਵੇ ਬਰਲੇ ਖੇਡਦਾ ਹੀ ਛੱਡਦੇ ਹੁਣ ਚੱਲ ਗਏ ਨਿਆਣੇ ਛੱਡਦੇ ਹੁਣ ਇਹਨੂੰ ਕੋਕੋ ਨਾ ਖੇਡਣ ਦੇ ਤਰ੍ਹਾਂ ਲਓ ਜੀ ਵੀਰੋ ਮੈਂ ਕਿਹਾ ਵੀਡੀਓ ਦੇ ਆਖਰ ਦੇ ਵਿੱਚ ਦੋਸਤਾਂ ਥੋੜਾ ਜਿਹਾ ਟੋਨੀ ਦਾ ਸ਼ੌਕ ਕਰਾਵਾਂ ਰਹਿਣ ਦੇ ਸਕੋ ਇਧਰੋਂ ਹੀ ਦਿਖਾਉਣਾ ਵੇਖੋ ਮਾਸ਼ਾਅੱਲਾ ਜਿੱਦਣ ਆਇਆ ਸੀ ਤੁਸੀਂ ਉਦਣ ਵੀ ਵੇਖਿਆ ਸੀ ਤੇ ਜਿੱਦਣ ਹੁਣ ਵਾ ਤੇ ਜਨਾਬ ਅੱਜ 8 ਤਰੀਕ ਦੇ ਵਲੌਗ ਦੇ ਵਿੱਚ ਵੇਖ ਲਓ ਮਾਸ਼ਾਅੱਲਾ ਕੋਈ ਬਿਹਤਰੀ ਨਜ਼ਰ ਆ ਰਹੀ ਜਾਨਵਰ ਦੀ ਤੁਹਾਨੂੰ ਕੋਈ ਸਿਹਤ ਵੱਲੋਂ ਕੋਈ ਇੰਪਰੂਵਮੈਂਟ ਹੋਈ ਆ ਠੀਕ ਆ ਵੇਖੋ ਹਾਂ ਜ਼ਰਾ ਤੇ ਬਾਕੀ ਜਿਹੜੇ ਹੁਣ ਦੁਬਾਰ ਸਾਹਿਬ ਦੇ ਮੌਕੇ ਤੇ ਮੌਜੂਦ ਆ ਇਹਨਾਂ ਦੇ ਉਦਣ ਵੀ ਵੇਖਿਆ ਸੀ ਮਾੜਾ ਜਿਹਾ ਭਰਾ ਕੋਈ ਪੁੱਛਦੇ ਆ ਜ਼ਰਾ ਕਿਉਂਕਿ ਵੀਡੀਓ 'ਚ ਚੀਜ਼ ਹੋਰ ਨਜ਼ਰ ਆਉਂਦੀ ਹੈ ਤੇ ਲਾਈਵ ਸ਼ੇਅਰ ਨਜ਼ਰ ਆਉਂਦੀ ਹੈ ਦੁਬਾਰ ਸਾਹਿਬ ਮਾੜੀ ਜੀ ਆਪਣੀ ਕੀਮਤੀ ਰਾਏ ਦੇ ਨਾਲ ਇਜ਼ਹਾਰ ਕਰੋ ਜ਼ਰਾ ਇੱਧਰ ਵੇਖੋ ਜ਼ਰਾ ਇਹਨੂੰ ਛੱਡੋ ਜ਼ਰਾ ਕੋਈ ਇੰਪਰੂਵਮੈਂਟ ਨਜ਼ਰ ਆਉਂਦੀ ਹੈ ਜਿੱਦਣ ਤੋਂ ਲਿਆਂਦਾ ਸਹੀ ਦੱਸਣਾ ਜੈਨਵਨ ਗੱਲ ਜਿੱਦਣ ਲਿਆਂਦਾ ਸੀ ਤੂੰ ਐਂਜ ਸੀ ਹੁਣ ਐਂਜ ਕੋਈ ਫਰਕ ਨਜ਼ਰ ਆਉਂਦਾ ਆ ਹਲੇ 2 ਹਫ਼ਤੇ ਹੋਏ ਮਾਸ਼ਾਅੱਲਾ ਇਹ ਤੇ ਇਹਨੇ ਹੋਰ ਅੱਲਾ ਖੈਰ ਕਰੇ ਨੇ ਬਿਹਤਰ ਹੋ ਜਾਣਾ ਆ ਤੇ ਜੀ ਹੁਣ ਵੇਖਾਂ ਜਮਨ ਜ਼ੋਰ ਮਾਰਦਾ ਕਿ ਨਹੀਂ ਹੈ ਜ਼ੋਰ ਮਾਰਦਾ ਨਾ ਹਾਂ ਲਵਾ ਇਹਦਾ ਗੇੜਾ ਮਾੜਾ ਇਹਨੂੰ ਭਜਾ ਇੱਕ ਦੋ ਵਾਰੀ ਇਹਦੇ ਚੱਕਰ ਲਵਾ ਇਹਨੇ ਜ਼ਰਾ ਇਹਨੂੰ ਨਸਾ ਵੇਖਦੇ ਆ ਜ਼ਰਾ ਕੀ ਕਰਦਾ ਲਵਾ ਦੌੜ ਜ਼ਰਾ ਇਹਦੀ ਆਦਾ ਗਿਆ ਗਿਆ ਹੁਣ ਜ਼ਰਾ ਕਿ 2-4 ਮਿੰਟ ਨਸਾਉਂਦੇ ਆ ਇੱਥੇ ਜ਼ਰਾ ਇਹਨੂੰ ਨਾ ਥੋੜੀ ਵਰਦਿਸ਼ ਕਰਾਉਂਦੇ ਆ ਇਹਦੀ ਦੋਸਤੋ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਜਨਾਬ ਕਿ ਤੁਹਾਨੂੰ ਲੱਗਦਾ ਕਿ ਟੋਨੀ ਦੀ ਪਹਿਲੇ ਨਾਲ ਹੈਲਥ ਇੰਪਰੂਵਮੈਂਟ ਹੋਈ ਆ ਕਿ ਨਹੀਂ ਮਾਸ਼ਾਅੱਲਾ ਸਾਨੂੰ ਫਿਜ਼ੀਕਲੀ ਅਸੀਂ ਉਸਦੇ ਸਾਹਮਣੇ 24 ਘੰਟੇ ਦੇਖੀਦਾ ਆਈ ਜਾਈਦਾ ਆ ਕਿਉਂਕਿ ਜਿਹੜਾ ਬੰਦਾ ਜ਼ਬੈਰ ਨੂੰ ਤਾਂ ਪੁੱਛਿਆ ਕਿ ਮੌਕੇ ਤੇ ਮੌਜੂਦ ਹੁੰਦੇ ਨੇ ਜੇ ਨਾ ਕੋਈ ਕਮੀ ਹੁੰਦੀ ਨੇ ਦੱਸ ਦੇਣਾ ਕਿ ਭਾਈ ਫਲਾਣੀ ਕਮੀ ਆ ਔਰ ਤੁਹਾਨੂੰ ਵੀ ਇਨਸ਼ਾਅੱਲਾ ਵੀਡੀਓ ਦੇ ਵਿੱਚ ਕਲੀਅਰ ਹੋ ਗਿਆ ਹੋਣਾ ਕਿ ਆਪਣਾ ਟੋਨੀ ਬਿਹਤਰ ਹੋ ਰਿਹਾ ਵਾ ਕੱਲ ਵਾਲੇ ਵੀਡੀਓ ਦੇ ਵਿੱਚ ਕਿਹੜਾ ਸੀਗਾ ਟੋਨੀ ਔਰ ਜ਼ੋਰੋ ਦਾ ਮੈਚ ਕਰਵਾਇਆ ਤੇ ਯਾਰ ਅਸੀਂ ਪਹਿਲੇ ਵੀ ਇੰਨੀਆਂ ਬੇਵਕੂਫੀਆਂ ਕਰ ਚੁੱਕੇ ਸੀ ਜਦੋਂ ਕੁੱਤਾ ਲੜਾਇਆ ਵਾ ਹਮੇਸ਼ਾ ਵੱਡੇ ਨਾਲ ਛੋਟੇ ਨਾਲ ਵੱਡੇ ਨਾਲ ਛੋਟੇ ਨਾਲ ਟੋਨੀ ਉਹਦਾ ਲੜਾਇਆ ਤੁਹਾਨੂੰ ਬਾਜ਼ਾਰੀ ਨਜ਼ਰ ਆਉਂਦਾ ਨਾ ਟੋਨੀ ਨੂੰ ਉਹਨੇ ਮਾਰਿਆ ਪਰ ਟੋਨੀ ਨੂੰ ਪਤਾ ਹੀ ਪ੍ਰਵਾਨ ਸੀ ਦੂਸਰੇ ਦਿਨ ਪਰ ਟੋਨੀ ਨੂੰ ਉਹਨੇ ਗਰਦਨ ਥੋੜਾ ਚੱਕ ਪਾਇਆ ਸੀ ਉਹਦੇ ਐਡਾ ਇੰਚੀ ਡੇਢ ਦਾ ਪਾੜਾ ਪਾਤਾ ਸੀਗਾ ਤੇ ਜ਼ੋਰੋ ਦਾ ਤੇ ਇਹਦਾ ਜੋੜ ਨਹੀਂ ਬਣਦਾ ਜ਼ੋਰੋ ਵੇਟ 'ਚ ਵੀ ਭਾਰਾ ਇਹਦੇ ਨਾਲੋਂ ਲੜਨ ਦੇ ਵਿੱਚ ਇਹ ਤਿੱਖਾ ਜ਼ੋਰੋ ਨਾਲੋਂ ਠੀਕ ਹੈ ਕਿਉਂਕਿ ਇਹ ਫਾਈਟਰ ਨੇ ਉਹ ਸ਼ੋਅ ਲਾਉਂਦੇ ਨੇ ਪਰ ਅਸੀਂ ਉਹਨੂੰ ਵੀ ਇਸ ਪਾਸੇ ਲੈ ਆਂਦਾ ਆ ਫਿਰ ਅਸਲ ਗੱਲ ਇਹ ਆ ਕਿ ਅਸੀਂ ਆਪਸ ਦੇ ਵਿੱਚ ਲੜਾ ਕੇ ਇਹਦੇ ਨਾਲ ਵੈਰ ਨਹੀਂ ਪਾਉਣਾ ਚਾਹੁੰਦੇ ਠੀਕ ਹੈ ਮੇਰੀ ਮੇਨ ਵਜ੍ਹਾ ਆ ਤੇ ਜੋੜ ਜਦੋਂ ਵੀ ਕਰਾਂਗੇ ਹੁਣ ਬਰਾਬਰ ਦੇ ਨਾਲ ਸ਼ੁਕਰ ਮੇਲਾ ਵੇਖਾਂਗੇ ਉੱਚੇ ਨੀਚੇ ਵਾਲਾ ਹਿਸਾਬ ਨਹੀਂ ਕਰਨਾ ਜਾਨਵਰਾਂ ਜ਼ਿਆਤੀ ਨਹੀਂ ਕਰਨੀ ਆਈ ਹੋਪ ਕਿ ਅੱਜ ਦਾ ਵਲੌਗ ਅੱਛਾ ਲੱਗਾ ਆਏਗਾ ਜਨਾਬ ਤਬੀਅਤ ਜੀ ਠੀਕ ਮੈਂ ਫਿਰ ਵੀ ਵੀਰਾਂ ਵਾਸਤੇ ਕੋਈ 10-12 ਮਿੰਟ ਦਾ ਵਲੌਗ ਬਣਾ ਲਿਆ ਜੇ ਟੁੱਟੇ ਫੁੱਟੇ ਵਲੌਗ ਵਾਸਤੇ ਮਾਜ਼ਰਤ ਆ ਕੱਲ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਨਾਲ ਫਿਰ ਸਲਾਮ ਵੀਰ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼।